ਅਸੀਂ ਅੱਗੇ ਦੇਖਦੇ ਹਾਂ ਕਿ ਏ ਵਿੱਚ ਸਾਡੇ ਕੋਲ ਹਰੇਕ ਖਾਨੇ ਬਾਕਸ ਵਿੱਚ 2 × 3 ਬਿੰਦੂ ਹਨ, ਇਸ ਲਈ ਬਿੰਦੂਆਂ ਦੀ ਕੁੱਲ ਸੰਖਿਆ 2 × 3 × 4 24 ਹੈ। ਇਹ 24 ਕਿੱਦਾਂ ਬਣ ਗਿਆ? ਤਾਂ ਜੇ ਅਸੀਂ ਧਿਆਨ ਦੇ ਨਾਲ ਅਸੀਂ ਦੇਖਦੇ ਹਾਂ, ਸਾਡੇ ਕੋਲ ਕਹਿ ਰਿਹਾ 2 × 3। 2 × 3 ਦਾ ਮਤਲਬ ਕੀ ਹੋ ਗਿਆ? ਵੀ ਸਾਡੇ ਕੋਲ ਕੀ ਹੈ, ਆਹ ਸਾਡੇ ਕੋਲ ਕੀ ਪਏ ਨੇ, 2 ਖੰਭੇ ਨੇ ਅਤੇ 3 ਸਾਡੇ ਕੋਲ ਕੀ ਨੇ, ਰੋਜ਼ ਨੇ। 3 ਸਾਡੇ ਕੋਲ ਕੀ ਨੇ, ਲਾਈਨਾਂ ਨੇ। ਤਾਂ ਇਹਨੂੰ ਗੁਣਾ ਕਰਕੇ ਮੇਰੇ ਕੋਲ ਕਿੰਨਾ ਮਿਲਿਆ? 6। ਇਹਨੂੰ ਵੀ ਗੁਣਾ ਕਰਕੇ ਕਿੰਨਾ ਮਿਲਿਆ? 6। ਇਹਨੂੰ ਵੀ ਗੁਣਾ ਕਰਕੇ ਮਿਲਿਆ 6। ਮਤਲਬ ਮੈਂ 6 ਨੂੰ ਕਿੰਨੀ ਵਾਰੀ ਜਮ੍ਹਾਂ ਕਰਨਾ? ਮੈਂ 4 ਵਾਰੀ ਜਮ੍ਹਾਂ ਕਰਨਾ ਹੈ, ਤਾਂ ਵੀ ਮੈਨੂੰ 24 ਮਿਲਦਾ ਪਿਆ। ਪਰ ਮੈਨੂੰ ਕਿਸ ਤਰੀਕੇ ਨਾਲ ਦੇਖਦਾ ਪਿਆ? ਮੈਂ ਹੁਣ ਜੋੜ ਵਾਲੇ ਹਿਸਾਬ ਦੇ ਨਾਲ ਨਹੀਂ ਦੇਖਦਾ ਪਿਆ, ਆਪਾਂ ਕਿਸ ਹਿਸਾਬ ਦੇ ਨਾਲ ਦੇਖਦੇ ਪਏ ਹਾਂ ਕਿ ਪਹਿਲਾਂ 2 × 3 ਕਰੋ। 2 × 3 ਮੈਨੂੰ ਕਿੰਨਾ ਮਿਲਦਾ ਹੈ? 6 ਮਿਲਦਾ ਹੈ। ਬਕਸੇ ਕਿੰਨੇ ਆ? 1, 2, 3, 4। ਤਾਂ ਕਿੰਨੀ ਵਾਰੀ ਗੁਣਾ? 6 ਕਿੰਨੀ ਵਾਰੀ ਆ ਰਿਹਾ ਹੈ? 6 ਇੱਕ ਵਾਰੀ, 6 ਦੋ ਵਾਰੀ, 6 3 ਵਾਰੀ, 6 4 ਵਾਰੀ। ਤਾਂ ਟੋਟਲ ਕਿੰਨਾ ਆ ਗਿਆ ਮੇਰੇ ਕੋਲ? 24। ਤਾਂ ਟੋਟਲ ਮੇਰੇ ਕੋਲ ਕਿੰਨਾ ਆ ਗਿਆ? 24। ਤਾਂ ਇਹਦਾ ਮਤਲਬ ਇਹ ਹੋਇਆ ਕਿ ਬਟ ਜੇ ਹੁਣ ਮੈਂ ਇਸ ਨੂੰ ਇਸ ਤਰੀਕੇ ਦੇ ਨਾਲ ਰੱਖ ਦਿੰਦਾ ਹੈ, ਇਸ ਤਰੀਕੇ ਨਾਲ ਰੱਖ ਦਿੰਦਾ ਹੈ, 3 × 4 ਪਹਿਲਾਂ ਕਰਨ ਦੀ ਕੋਸ਼ਿਸ਼ ਕਰਦਾ ਪਿਆ ਹੈ, ਤਾਂ 3 × 4 ਨੂੰ ਪਹਿਲਾਂ ਇੱਥੇ ਹੀ ਕਰਨਗੇ। 3 × 4 ਪਹਿਲਾਂ ਕਰਨੀ ਆ। ਜੋ ਅਸੀਂ 3 × 4 ਪਹਿਲਾਂ ਕਰਨੀ ਆ, ਤਾਂ ਉਹਦੇ ਵਿੱਚ ਅਸੀਂ ਕੀ ਦੇਖਦੇ ਹਾਂ? ਤਾਂ ਫਿਰ ਵੀ ਸਾਨੂੰ ਕੀ ਮਿਲਣਾ? 24 ਮਿਲਣਾ ਹੈ। ਹੁਣ ਇੱਥੇ 1, 2, 3, 4 4 ਸਾਡੇ ਕੋਲ ਕਿੰਨੇ ਲਾਈਨਾਂ ਨੇ, 1, 2, 3 ਕੀ ਨੇ, ਖੰਭੇ ਨੇ। ਤਾਂ 3 × 4 ਕੀਤਾ ਤਾਂ ਮੈਨੂੰ ਕੀ ਮਿਲੇਗਾ? 12। 12 ਕਿੰਨੀ ਵਾਰੀ ਆ ਰਿਹਾ? ਇੱਕ ਵਾਰੀ 12, ਇੱਕ ਵਾਰੀ ਹੋਰ 12, ਦੋ ਵਾਰੀ 12। ਤਾਂ ਇਹਨੂੰ ਕਿਹਦੇ ਨਾਲ ਗੁਣਾ ਕੀਤਾ? 2 ਨਾਲ ਗੁਣਾ ਕੀਤਾ, 2 ਵਾਰੀ 12। ਤਾਂ ਕਿਉਂਕਿ ਇਹਨਾਂ ਨੂੰ ਪਹਿਲਾਂ ਗੁਣਾ ਕੀਤਾ ਸੀ, ਇਸ ਕਰਕੇ ਇਹ ਬ੍ਰੈਕਟ ਦੇ ਵਿੱਚ ਆਏ ਨੇ। ਹੁਣ ਤਾਂ ਮੈਨੂੰ ਤੁਹਾਨੂੰ ਸਮਝ ਆਈ ਹੋਣੀ ਵੀ ਇਹਨਾਂ ਬ੍ਰੈਕਟਾਂ ਦਾ ਕੀ ਮਤਲਬ ਹੈ, ਵੀ ਮੈਂ 3 × 4 ਦੇਖਦਾ ਪਿਆ ਏ ਕਿ ਮੈਂ 2 × 3 ਦੇਖਦਾ ਪਿਆ। 2 × 3 4 ਵਾਰੀ ਆ ਰਿਹਾ ਏ ਕਿ 3 × 4 3 × 4 2 ਵਾਰੀ ਆ ਰਿਹਾ ਹੈ? ਬਟ ਦੋਨਾਂ ਦੇ ਤਰੀਕੇ ਅਸੀਂ, ਸਾਡੇ ਕੋਲ ਆਂਸਰ ਕਿੰਨਾ ਮਿਲਦਾ ਹੈ? ਸਾਨੂੰ ਆਂਸਰ 24 ਹੀ ਮਿਲਦਾ ਹੈ। ਦੈਟ ਮੀਨਸ ਬ੍ਰੈਕਟ ਪਾਉਣ ਦੇ ਉੱਤੇ ਸਾਡੇ ਕੋਲ ਕੋਈ ਫਰਕ ਨਹੀਂ ਪੈ ਰਿਹਾ। ਇਹੀ ਗੁਣ ਕੀ ਸੀ? ਐਸੋਸੀਏਟਿਵ ਪ੍ਰੋਪਰਟੀ ਸੀ। ਇਹੀ ਗੁਣ ਕੀ ਸੀ? ਸਹਿਚਾਰਿਤਾ ਦਾ ਗੁਣ ਸੀ। ਤਾਂ ਜੋੜਾਂ ਦੇ ਵਿੱਚ ਪੂਰਨ ਸੰਖਿਆ ਲਈ ਇਹ ਸਹਿਚਾਰਿਤਾ ਦਾ ਗੁਣ ਲੱਗਦਾ ਹੈ। ਤਾਂ ਇਹ ਪੂਰਨ ਸੰਖਿਆਵਾਂ ਦੇ ਗੁਣਨ ਨੂੰ ਸਹਿਚਾਰਿਤਾ ਦਾ ਗੁਣ ਕਹਿਲਾਉਂਦਾ ਹੈ। ਤਾਂ ਕੀ ਗੱਲ ਬਣ ਗਈ ਆ? ਇਹ ਪੂਰਨ ਸੰਖਿਆਵਾਂ ਦੇ ਗੁਣਨ ਦਾ ਸਹਿਚਾਰਿਤਾ ਗੁਣ ਕਹਿਲਾਉਂਦਾ ਹੈ। ਮਤਲਬ ਬ੍ਰੈਕਟਾਂ ਨੂੰ ਬਦਲਣ ਦੇ ਨਾਲ, ਇਸ ਤਰੀਕੇ ਡੱਬੀਆਂ ਦੇ ਬਦਲਣ ਦੇ ਨਾਲ, ਇਸ ਤਰੀਕੇ ਗੁਣਾਂ ਦੇ ਕਰਨ ਦੇ ਨਾਲ ਉਹਦੇ ਵਿੱਚ ਕੋਈ ਫਰਕ ਨਹੀਂ ਪੈ ਰਿਹਾ। ਬਸ ਤੁਸੀਂ ਨਜ਼ਰੀਆ ਬਦਲਿਆ ਹੈ, ਤੁਸੀਂ ਚੀਜ਼ਾਂ ਨੂੰ ਰੱਖਣ ਦਾ ਤਰੀਕਾ ਬਦਲਿਆ ਹੈ, ਰੱਖਣ ਦੇ ਤਰੀਕੇ ਦੇ ਬਦਲਣ ਦੇ ਨਾਲ, ਉਹਨਾਂ ਨੂੰ ਗੁਣਾ ਕਰਨ ਦੇ ਨਾਲ ਸਾਡੇ ਕੋਲ ਆਂਸਰ 'ਚ ਫਰਕ ਨਹੀਂ ਪੈ ਰਿਹਾ, ਸਾਡੇ ਜਵਾਬ ਜਾਂ ਉੱਤਰ 'ਚ ਫਰਕ ਨਹੀਂ ਪੈ ਰਿਹਾ। ਇਹ ਬ੍ਰੈਕਟਾਂ ਦਾ ਮਤਲਬ ਹੈ। ਮੈਨੂੰ ਲੱਗਦਾ ਸਮਝ ਆਈ ਹੋਣੀ ਵੀ ਇੱਥੇ ਬ੍ਰੈਕਟ ਦਾ ਕੀ ਮਤਲਬ ਹੈ। 6 × 2 ਕਰਕੇ ਦੇਖਦੇ ਪਏ ਹੋ 2 ਵਾਰੀ, ਕਿ 2 × 6 ਕਰਕੇ ਦੇਖਦੇ ਪਏ ਹੋ 2 ਵਾਰੀ। ਤਾਂ ਇਹਦੇ ਵਿੱਚ ਵੀ ਤਾਂ ਪਹਿਲੀ ਗੱਲ ਸੇਮ ਹੀ ਆਏਗਾ, 4 ਕੱਪਾ ਕਰ ਲੈਂਦੇ ਹਾਂ ਇੱਥੇ। ਮਤਲਬ ਤੁਸੀਂ ਇਹ ਗੁਣ ਨੂੰ ਸਿੱਖ ਲਿਆ, ਇਹ ਸਹਿਚਾਰਤਾ ਦਾ ਗੁਣ ਕਹਿਲਾਉਂਦਾ ਹੈ। ਸੋਚੋ ਅਤੇ ਪਤਾ ਕਰੋ। ਅੱਗੇ ਮੇਰੇ ਕੋਲ ਕੀ ਹੈ? ਸੋਚੋ ਅਤੇ ਪਤਾ ਕਰੋ ਕਿਹੜਾ ਸੌਖਾ ਹੈ ਅਤੇ ਕਿਉਂ। 6 × 5 × 30 ਅਤੇ 6 × 5 × 3 ਕਿਹੜਾ ਸੌਖਾ ਹੈ? ਦੇਖੋ ਇੱਥੇ 6 × 5 = 30, 30 × 3 30 × 90 ਇੱਥੇ ਮੇਰੇ ਕੋਲ ਕੀ ਆਂਸਰ ਆ? 90। ਇੱਥੇ ਕਿੰਨਾ ਗਿਆ? 6 × 5 × 3 5 × 3 ਕਿੰਨਾ ਹੋ ਗਿਆ? 15। 15 × 6 ਇੱਥੇ ਮੈਨੂੰ 15 ਦਾ ਪਹਾੜਾ ਪੜਨਾ ਪਏਗਾ। ਇੱਥੇ ਮੈਨੂੰ ਪਤਾ ਵੀ 15 × 5 = 30 ਅਤੇ 30 ਆ ਗਿਆ। 30 ਨੂੰ ਹੁਣ ਮੈਂ ਕਿੰਨਾ ਗੁਣਾ ਕਰਨਾ? ਫਿਰ 3 ਨਾਲ ਗੁਣਾ ਕਰਨਾ। ਤਾਂ ਸਿੰਪਲ ਮੈਂ 3 ਨੂੰ 3 ਨਾਲ ਗੁਣਾ ਕਰਕੇ 9 0 ਪਿੱਛੇ ਲਗਾ ਕੇ 90 ਬਣਾ ਸਕਦਾ। ਤਾਂ ਇਹ ਜ਼ਿਆਦਾ ਸੌਖਾ ਹੈ ਗੁਣਾ ਕਰਨਾ, ਸਾਨੂੰ ਗੁਣਾ ਦੇ ਵਿੱਚ ਜਲਦੀ ਸੌਖ ਹੋਏਗੀ। ਇਹਦੇ ਵਿੱਚ ਸਾਨੂੰ ਪਹਿਲਾਂ 5 × 3 = 15, 15 × 6 = 90 ਟਾਈਮ। ਜੇ ਤੁਹਾਨੂੰ ਟੇਬਲ ਯਾਦ ਨੇ, ਜੇ ਤੁਹਾਨੂੰ ਪਹਾੜੇ ਯਾਦ ਨੇ, ਫਿਰ ਤਾਂ ਦੋਨਾਂ ਦੇ ਵਿੱਚ ਕੋਈ ਫਰਕ ਨਹੀਂ ਪੈ ਰਿਹਾ, ਦੋਨੋਂ ਹੀ ਸੌਖੇ ਨੇ। ਪਰ ਜਿਨ੍ਹਾਂ ਨੂੰ ਪਹਾੜੇ ਨਹੀਂ ਆ ਰਹੇ ਉਹਨਾਂ ਦੇ ਲਈ ਉਹ ਬੱਚੇ ਨੂੰ ਫਿਰ ਕੀ ਹੋਏਗਾ, ਇਹਨੂੰ ਟਾਈਮ ਜ਼ਿਆਦਾ ਲੱਗੇਗਾ। ਹੁਣ 9 × 4 × 25 ਜਾਂ 9 × 4 × 25 ਦੇਖੋ ਇਹਦੇ ਵਿੱਚ ਕਿੰਨਾ ਸੌਖਾ ਹੋਏਗਾ। 25 × 4 = 100, 100 × 4 = 900, ਬੜਾ ਸੌਖੇ ਨਾਲ ਹੋ ਗਿਆ। ਹੁਣ ਹੋ ਗਿਆ 9 × 4 = 36 ਅਤੇ 36 × 25 ਹੁਣ ਤੁਹਾਡੀ ਗੁਣਾਂ ਦੇ ਵਿੱਚ ਕੀ ਹੋ ਗਿਆ, ਵੱਧ ਗਿਆ। ਤੁਹਾਨੂੰ 36 ਨੂੰ 25 ਨਾਲ ਗੁਣਾ ਕਰਨਾ ਪਏਗਾ। ਤੁਸੀਂ 25 ਦਾ ਪਹਾੜਾ ਤਾਂ ਯਾਦ ਨਹੀਂ ਕੀਤਾ ਹੋਣਾ, ਪਰ ਇੱਥੇ 25 ਦਾ ਪਹਾੜਾ 4 ਤੱਕ ਤਾਂ ਸਭ ਨੇ ਯਾਦ ਕੀਤਾ ਹੁੰਦਾ। 25 × 4 = 100, 100 ਨੂੰ 9 ਨਾਲ ਗੁਣਾ ਕੀਤਾ 900। ਤਾਂ ਇਸ ਤਰੀਕੇ ਨਾਲ ਗੁਣਾ ਦੇਖਣ ਦੀ ਬਜਾਏ ਜੇ ਤੁਸੀਂ ਸਵਾਲ ਕੱਢਦੇ ਹਾਂ ਤਾਂ ਸਾਡਾ ਸ਼ਾਰਟਕੱਟ ਵੀ ਬਣ ਜਾਂਦਾ ਹੈ, ਕਿਉਂਕਿ ਸਾਨੂੰ ਪਤਾ ਲੱਗ ਗਿਆ ਹੈ ਕਿ ਸਹਿਚਾਰਤਾ ਦਾ ਗੁਣਾ ਐਸੋਸੀਏਟਿਵ ਪ੍ਰੋਪਰਟੀ ਆ। ਆਰਡਰ ਕੋਈ ਵੀ ਹੋਵੇ, ਕਿਸੇ ਵੀ ਕ੍ਰਮ ਦੇ ਵਿੱਚ ਗੁਣਾ ਕਰੀਏ ਤਾਂ ਫਰਕ ਨਹੀਂ ਪਏਗਾ। ਤਾਂ ਬੈਟਰ ਇਹੀ ਰਹੇਗਾ 25 × 4। 25 ਬੱਚੇ ਇੱਦਾਂ ਕਰਦੇ ਵੀ ਹੋਣਗੇ, 25 × 4 ਕਰਦੇ ਵੀ ਨੇ, ਪਰ ਉਹ ਨਹੀਂ ਜਾਣਦੇ ਉਹ ਕਿਸ ਗੁਣ ਕਰਕੇ ਕਰਦੇ ਨੇ, ਸਹਿਚਾਰਤਾ ਦੇ ਗੁਣ ਕਰਕੇ ਕਰਦੇ ਨੇ। ਇਸ ਕਰਕੇ ਸਾਨੂੰ ਆਂਸਰ ਕੀ ਹੈ, ਹਮੇਸ਼ਾ ਕੀ ਮਿਲਦਾ ਪਿਆ, ਇਹਦੇ ਵਿੱਚ ਬਰਾਬਰ ਹੀ ਮਿਲਦਾ ਪਿਆ ਹੈ। ਅੱਗੇ ਦੇਖਦੇ ਕੀ ਆ ਉਦਾਹਰਨ। 14 × 14 = 17 × 6 ਨੂੰ 2 ਵਿਧੀਆਂ ਨਾਲ ਹੱਲ ਕਰੋ। ਇੱਕ ਵਾਰੀ ਬ੍ਰੈਕਟ 14 × 17 ਬ੍ਰੈਕਟ 'ਚ ਕਰ ਲਓ, ਇੱਕ ਨਾਲ ਕਰ ਲਓ। ਦੇਖੋ 14 ਅਤੇ 6 = 20, 20 ਅਤੇ 17। ਮਤਲਬ ਦੂਜੇ ਤਰੀਕੇ ਨਾਲ ਜੋੜ ਕਰਨਾ ਜ਼ਿਆਦਾ ਸੌਖਾ ਹੈ ਪਹਿਲੇ ਤਰੀਕੇ ਦੇ ਨਾਲੋਂ। ਤੁਹਾਨੂੰ ਮਤਲਬ ਜਲਦੀ ਟਾਈਮ ਲੱਗਦਾ, ਮਾਇੰਡ ਦੇ ਵਿੱਚ ਕੈਲਕੂਲੇਸ਼ਨ, ਦਿਮਾਗ 'ਚ ਕੈਲਕੂਲੇਸ਼ਨ ਦੇ ਵਿੱਚ ਕੀ ਹੁੰਦੀ ਆ, ਸੌਖੀ
हो जाती है। इसे तरह जोड़ के सहचारिता ते क्रम वटांदरा गुणा के मेल का प्रयोग किया है। हुण तुसीं सहचारिता अते क्रम वटांदरा गुणा के मेल का प्रयोग किया है कि तुसीं सोचते हो कि क्रम वटांदरा अते सहचारिता गुणा की वरतों नाल हल कुछ सौखा हो जाता है। बिल्कुल जी, इन्हां नूं क्यों पढ़ते पए हां आपां? पहली गल तां इह आ, सानूं समझना चाहिए भी इहदा मतलब की सी। दूजी गल, असीं देखिआ सहचारिता अते क्रम वटांदरा के गुणा के नाल की हुंदा, साडे कोल सवाल कढ़ने की हो रहे ने सौखे हो रहे ने, असीं सवाल तां कढ लैंदे हां, पर उह क्यों करदे पए हां इहदे पिछे सानूं कारण पता होना चाहिए। हुण गुणा का सहचारता हेठ गुणे के सवालों को हल करने में लाभदायक सिद्ध होता है। पर 12 गुणा 35 पता करो। हुण 12 गुणा 35 करने की बजाय तुम 12 नूं कितना लिख सकते हो? हुण 12 नूं कितना लिख सकते हो? 6 गुणा 2, 6 गुणा 2 कर लिया। हुण 2 नूं 35 नाल पहला गुणा कर लो, 35 दूणा 70। पर हुण उस तो बाद फिर तुम कर सकते हो 6 ते 7 नूं गुणा करो, 7 6 42, नाल पिछे की लगाती 0, तो तुहाडे कोल की आ गया 420। जे तुसीं सहचारता गुण तुहानूं नहीं आता तो सीधा की करना सीगा, तुसीं 12 नूं 35 नाल गुणा करन लग जाना सी। पर ज़्यादा बैटर की सीगा, 6 गुणा 2 किया, गुणा करके 35 किया, कितना सौखा हो गया? 35 दूणा 70, 35 दूणा 70, 7 6 42, तो किन्ना सौखे तरीके आंसर लभ लिया जिहड़ा तुसीं आंसर 12 गुणा 35 लभना सी। यही शॉर्टकट बाद विचों सिखाए जाते हैं जदों बच्चे 10वीं या 11वीं 12वीं कर लेंदे ने बैंकां दी जॉब दे लिए, उह NCERT दी किताबां दे विच ही तुहानूं शॉर्टकट लभ जाणगे। जे तुसीं अपनी किताब नूं पढ़ते हो तां तुहानूं बहुत ज़्यादा सौखा हो जाएगा, तुहानूं पता रीजनिंग पता होएगी, कारण पता होएगा वी कित्थों आ रहे हैं। उपर दित्ते उदाहरण विच असीं सहचारता गुणा की वरतों करके सब तो छोटी नूं जिस संख्या जिसनों 5 दे गुणज नाल गुणा करके सौखे ढंग नाल उत्तर प्राप्त कर लिया है। अगे देखते हैं, हुण कहिंदा 8 गुणा 1769 × 125। हुण इहदे विच इहने की कीता है, पहला 8 नूं 125 नाल गुणा किया, किन्ना आ गया? 1000 आ गया। बहुत सौखा, 1000 दे पिछे बस चक के जदों आपां किसी नाल गुणा करते हैं तो पिछे 0 लगा दिंदे हां। इहदा रूल की हुंदा है, जे तुसीं 10 नाल गुणा करन लगे हो 9 नूं, बस 9 सीधा लिखो, पिछे 1 0 लगा दो। जे 100 नूं गुणा 82 ਦੇ ਨਾਲ 82 ਲਿਖੋ, ਉਹਦੇ ਪਿੱਛੇ ਬਸ 2 ਜ਼ੀਰੋਆਂ ਲਗਾ ਦਿਓ। ਕਿਸੇ ਵੀ ਨੰਬਰ ਨੂੰ ਜਦੋਂ ਆਪਾਂ ਕਿਸੇ 0, 10, 100 ਨਾਲ ਗੁਣਾ ਕਰਦੇ ਹਾਂ ਸਾਨੂੰ ਗੁਣਾ ਕਰਨ ਦੀ ਲੋੜ ਨਹੀਂ ਹੁੰਦੀ, ਸਾਨੂੰ ਕੀ ਕਰਨ ਦੀ ਲੋੜ ਹੁੰਦੀ ਹੈ? ਸਿਰਫ ਪਿੱਛੇ 0 ਲਗਾ ਦੇਣੀ ਹੁੰਦੀ। ਜਿਵੇਂ ਮੈਂ 30 ਨੂੰ ਗੁਣਾ ਕਰਾਂ 9 ਦੇ ਨਾਲ, ਬਸ ਪਹਿਲਾਂ ਮੈਂ ਕੀ ਕਰਾਂ 9 ਨੂੰ 3 ਦੇ ਨਾਲ ਗੁਣਾ ਕਰਨਾ, ਮੇਰੇ ਕੋਲ ਕਿੰਨਾ ਆ ਗਿਆ? 9 3 27, ਪਿੱਛੇ ਜਾ ਕੇ ਮੈਂ ਕੀ ਕਰ ਲਈ? 0 ਐਡ ਕਰਤੀ ਆ। ਐਡ ਕਰਨ ਦਾ ਮਤਲਬ ਕਿ ਲਿਖ ਦਿੱਤੀ ਹੈ ਇੱਥੇ, ਜਮ੍ਹਾਂ ਨਹੀਂ ਕਰ ਦਿੱਤੀ, ਲਿਖ ਦਿੱਤੀ ਹੈ ਇੱਥੇ। ਮੈਨੂੰ ਲੱਗਦਾ ਤੁਹਾਨੂੰ ਗੱਲ ਸਮਝ ਆ ਗਈ ਹੋਣੀ ਹੈ। ਤਾਂ ਸਹਿਚਾਰਤਾ ਦੀ ਪ੍ਰੋਪਰਟੀ ਕੀ ਹੈ? ਸਹਿਚਾਰਤਾ ਜਿਹੜਾ ਗੁਣ ਹੈ ਤੁਹਾਡੇ ਸਵਾਲਾਂ ਨੂੰ ਬਹੁਤ ਸੌਖਾ ਕਰ ਦਿੰਦਾ ਹੈ, ਤਾਂ ਗੁਣਾਂ ਦੇ ਵਿੱਚ ਸਹਿਚਾਰਤਾ ਲੱਗਦੀ ਹੈ। ਅੱਗੇ ਦੇਖਦੇ ਸਾਡੇ ਕੋਲ ਕੀ ਹੈ, ਪਤਾ ਕਰੋ, ਸੋਚੋ ਅਤੇ ਵਿਚਾਰ ਕਰੋ ਕਿ 16 ÷ 4 ÷ 2 ਅਤੇ 16 ÷ 4 ÷ 2 ਹੈ, ਕੀ ਭਾਗ ਲਈ ਸਹਿਚਾਰਤਾ ਗੁਣ ਲਾਗੂ ਹੁੰਦਾ ਹੈ? ਨਹੀਂ, ਭਾਗ ਦੇ ਲਈ ਸਹਿਚਾਰਤਾ ਗੁਣ ਲਾਗੂ ਨਹੀਂ ਹੁੰਦਾ। ਨਾ ਹੀ ਸਹਿਚਾਰਤਾ ਗੁਣ ਲਾਗੂ ਹੁੰਦਾ ਹੈ ਘਟਾਓ ਦੇ ਲਈ, ਨਾ ਹੀ ਸਹਿਚਾਰਤਾ ਗੁਣ ਲਾਗੂ ਹੁੰਦਾ ਹੈ ਭਾਗ ਦੇ ਲਈ। ਸਹਿਚਾਰਤਾ ਗੁਣ ਲਾਗੂ ਕਿਹਦੇ ਲਈ ਹੁੰਦਾ ਹੈ? ਗੁਣਾਂ ਦੇ ਲਈ ਅਤੇ ਜਮ੍ਹਾਂ ਦੇ ਲਈ। ਸਹਿਚਾਰਤਾ ਗੁਣ ਕਿੱਥੇ ਕਿੱਥੇ ਲਾਗੂ ਹੋ ਗਿਆ? ਗੁਣਾਂ ਦੇ ਲਈ ਅਤੇ ਜਮ੍ਹਾਂ ਦੇ ਲਈ ਹੀ ਲਾਗੂ ਹੁੰਦਾ ਹੈ। ਮੈਨੂੰ ਲੱਗਦਾ ਤੁਹਾਨੂੰ ਇਹ ਗੱਲ ਸਮਝ ਆਈ ਹੋਣੀ ਹੈ। ਅੱਗੇ ਉੱਪਰ ਗੁਣਾਂ ਦਾ ਵਿਤਰਣ, ਜੋੜਾਂ ਉੱਪਰ ਜੋੜ ਨੇ ਉਹਨਾਂ ਦੇ ਉੱਪਰ ਗੁਣ ਦਾ ਵਿਤਰਣ, ਵਿਤਰਣ ਹੁੰਦਾ ਹੈ ਉਹਨਾਂ ਨੂੰ ਵੰਡ ਦੇਣਾ, ਫੈਲਾ ਦੇਣਾ, ਖਲੇਰ ਦੇਣਾ। ਪਰ ਇਹਨੂੰ ਆਪਾਂ ਧਿਆਨ ਨਾਲ ਦੇਖਦੇ ਹਾਂ ਕੀ ਮਤਲਬ ਹੈ ਇਹਦਾ। 6 ਸਮ × 8 ਸਮ ਨਾਪ ਵਾਲਾ ਇੱਕ ਗ੍ਰਾਫ ਪੇਪਰ ਲਵੋ, ਜਿਸ ਵਿੱਚ 1 ਸਮ × 1 ਸਮ ਨਾਪ ਵਰਗੇ ਵਾਲੇ ਵਰਗ ਬਣੇ ਹੋਣ। ਤੁਹਾਡੇ ਕੋਲ ਕਿੰਨੇ ਵਰਗ ਹਨ? ਦੇਖੋ, 6 ਸਮ ਮਤਲਬ ਇੱਥੇ ਸੈਂਟੀਮੀਟਰ, 8 ਸੈਂਟੀਮੀਟਰ ਨਾਪ ਵਾਲੇ ਗ੍ਰਾਫ ਲਓ, ਪੇਪਰ ਲਵੋ, ਜਿਸ ਵਿੱਚ 1 ਸੈਂਟੀਮੀਟਰ, ਇਹ ਕੋਈ ਵੀ ਯੂਨਿਟ ਹੋ ਸਕਦੀ ਹੈ, ਤੁਹਾਨੂੰ ਬੇਸਿਕਲੀ ਦਿਮਾਗ 'ਚ ਰਹਿਣਾ ਚਾਹੀਦਾ 6 ਅਤੇ 8 ਵਾਲਾ। ਤਾਂ 6 ਕਹਿਣਾ ਚਾਹ ਰਿਹਾ 1 2 3 4 5 6, 1 2 3 4 5 6 7 8। ਮੈਨੂੰ ਲੱਗਦਾ ਤੁਹਾਨੂੰ ਇਹ ਗੱਲ ਸਮਝ ਆਈ ਹੋਣੀ ਆ ਕਿਸ ਤਰੀਕੇ ਨਾਲ ਗ੍ਰਾਫ ਹੈ। ਦੇਖੋ, ਗ੍ਰਾਫ ਅਤੇ ਗ੍ਰਾਫ ਪੇਪਰ 'ਚ ਫਰਕ ਹੁੰਦਾ ਹੈ। ਇਹ ਗ੍ਰਾਫ ਪੇਪਰ ਹੈ ਜਿਸ ਦੇ ਉੱਤੇ ਅਸੀਂ ਗ੍ਰਾਫ ਨੂੰ ਬਣਾਉਂਦੇ ਹਾਂ, ਗ੍ਰਾਫ ਕੀ ਹੁੰਦਾ ਹੈ? ਗ੍ਰਾਫ ਕੁਛ ਵੀ ਹੋ ਸਕਦਾ ਹੈ। ਫੋਰ ਐਗਜ਼ਾਮਪਲ, ਤੁਸੀਂ ਕਿੰਨਾ ਡਿਸਟੈਂਸ, ਕਿੰਨੇ ਟਾਈਮ ਦੇ ਵਿੱਚ ਕਿੰਨਾ ਡਿਸਟੈਂਸ ਕਵਰ ਕਰਦੇ ਪਏ ਹੋ, ਕਿੰਨਾ ਸਮਾਂ ਲਿਆ ਤੁਸੀਂ ਕਿੰਨੀ ਦੂਰੀ ਕਰਨ ਦੇ ਲਈ, ਜੇ ਸੇਮ ਸਮਾਂ ਲੈ ਰਹੇ ਹੋ ਸੇਮ ਦੂਰੀ ਕਵਰ ਕਰਨ ਦੇ ਲਈ, ਤਾਂ ਤੁਹਾਡਾ ਕੋਲ ਕੀ ਆਉਂਦਾ ਹੈ? ਰੇਖੀ ਗ੍ਰਾਫ ਆਉਂਦਾ ਹੈ। ਜਿਹੜੀ ਮੈਂ ਰੇਖਾ ਬਣਾਈ ਹੈ ਇਹ ਮੇਰੇ ਕੋਲ ਕੀ ਆ? ਗ੍ਰਾਫ ਹੈ। ਪਰ ਕਿਹਦੇ ਉੱਤੇ ਮੈਂ ਬਣਾ ਰਿਹਾ ਹੈ? ਉਹ ਬਣਾ ਰਿਹਾ ਮੈਂ ਗ੍ਰਾਫ ਪੇਪਰ 'ਤੇ। ਤੁਹਾਨੂੰ ਇੰਨੀ ਗੱਲ ਸਮਝ ਆਉਣੀ ਚਾਹੀਦੀ ਆ ਕਿ ਗ੍ਰਾਫ ਇਜ਼ ਨੋਟ ਇਕੁਅਲ ਟੂ ਗ੍ਰਾਫ ਪੇਪਰ। ਗ੍ਰਾਫ ਪੇਪਰ ਗ੍ਰਾਫ ਨਹੀਂ ਹੁੰਦਾ, ਗ੍ਰਾਫ ਪੇਪਰ ਦੇ ਉੱਤੇ ਗ੍ਰਾਫ ਬਣਾਇਆ ਜਾਂਦਾ ਆ। ਜਿਵੇਂ ਪੱਖਾ ਹਵਾ ਨਹੀਂ ਹੁੰਦਾ, ਪੱਖਾ ਹਵਾ ਦਿੰਦਾ ਹੈ, ਪੱਖਾ 'ਤੇ ਸਾਨੂੰ ਹਵਾ ਮਿਲਦੀ ਹੈ, ਉੱਦਾਂ ਹੀ ਗ੍ਰਾਫ ਪੇਪਰ ਦੇ ਉੱਤੇ ਅਸੀਂ ਕੀ ਕਿਹਾ? ਗ੍ਰਾਫ ਬਣਾਉਂਦੇ ਹਾਂ। ਠੀਕ ਆ, ਉਹ ਪੈਰਾਬੋਲਾ ਸ਼ੇਪ 'ਚ ਹੋ ਸਕਦਾ,
ਠੀਕ ਹੈ ਜੀ, ਉਹ ਲੀਨੀਅਰ ਹੋ ਸਕਦਾ ਹੈ। ਲੀਨੀਅਰ ਦਾ ਮਤਲਬ ਰੇਖੀ ਸਮੀਕਰਨ, ਜਿਵੇਂ ਤੁਸੀਂ ਰੇਖੀ ਸਮੀਕਰਨ ਪੜ੍ਹਾਂਗੇ ਉਹ ਰੇਖਾ ਲਈ ਹੋ ਸਕਦਾ ਹੈ, ਉਹ ਪੈਰਾਬੋਲਾ ਹੋ ਸਕਦਾ ਹੈ, ਉਹ ਲੋਗ ਦਾ ਹੋ ਸਕਦਾ ਹੈ, ਰੂਟ ਦਾ ਹੋ ਸਕਦਾ ਹੈ, ਐਕਸਪੋਨੈਂਟ ਦਾ ਹੋ ਸਕਦਾ ਹੈ, ਕੋਈ ਵੀ ਗ੍ਰਾਫ ਹੋ ਸਕਦਾ ਹੈ। ਇਹ ਸਾਡੇ ਕੋਲ ਕੀ ਹੈ, ਗ੍ਰਾਫ ਹੈ। ਤੁਸੀਂ ਇੱਦਾਂ ਹਾਰਟ ਬੀਟ ਵੀ ਦੇਖੀ ਹੋਣੀ ਹੈ ਚੱਲਦੀ, ਇੱਦਾਂ ਤੁਸੀਂ ਹਾਰਟ ਬੀਟ ਵੀ ਚੱਲਦੀ ਦੇਖੀ ਹੋਣੀ ਹੈ, ਇਹ ਵੀ ਕੀ ਹੈ, ਇੱਕ ਗ੍ਰਾਫ ਹੈ। ਇਹ ਗ੍ਰਾਫ ਹੈ ਹਾਰਟ ਬੀਟ, ਪਰ ਕਿਤੇ ਬਣਿਆ ਇਹ ਗ੍ਰਾਫ ਪੇਪਰ 'ਤੇ ਬਣਾਇਆ ਹੈ। ਚਲੋ ਤੁਹਾਨੂੰ ਗ੍ਰਾਫ ਪੇਪਰ ਬਾਰੇ ਵੀ ਸਮਝ ਆ ਗਿਆ, ਹੁਣ ਆਪਾਂ ਥੋੜ੍ਹਾ ਜਿਹਾ ਦੇਖਦੇ ਹਾਂ ਉੱਪਰ ਕੀ ਆ। 6 ਸਮ ਇਹਨਾਂ ਨੂੰ ਲਿਖਿਆ ਤਾਂ 6 ਤਾਂ 8 ਦਾ ਸੀਗਾ, ਇਹ ਸੰਖਿਆ ਕੀ ਹੈ, 6 × 8, ਤਾਂ 8 × 6 ਤੁਸੀਂ ਦੇਖੋ 48, ਤੁਹਾਡੇ ਕੋਲ 48 ਹੋਣੇ ਚਾਹੀਦੇ ਨੇ ਟੋਟਲੇ। ਤੁਸੀਂ ਇਹਨੂੰ ਗਿਣ ਕੇ ਵੀ ਦੇਖ ਸਕਦੇ ਹੋ, ਜਿਵੇਂ 1 2 3 4 5 6 7 8 9 10 11, ਇੰਨਾ ਟਾਈਮ ਕਿਸੇ ਕੋਲ ਨਹੀਂ ਹੁੰਦਾ, ਇੰਨਾ ਟਾਈਮ ਅਸੀਂ ਵੇਸਟ ਨਹੀਂ ਕਰਦੇ। ਅਸੀਂ ਕੀ ਕੀਤਾ ਹੈ, ਅਸੀਂ ਗੁਣਾ ਬਣਾਈ। ਹੁਣ ਅਸੀਂ ਦੇਖਦੇ ਹਾਂ ਗੁਣਾ ਕਿਉਂ ਬਣਾਈ ਗਈ ਹੈ। ਦੇਖੋ ਮੈਂ ਲਿਖਾਂ 2 + 2 + 2, ਕਿੰਨਾ ਆਂਸਰ ਆਏਗਾ ਮੇਰੇ ਕੋਲ, 6, 6 ਆਂਸਰ। 2 ਕਿੰਨੀ ਵਾਰੀ ਆ ਰਿਹਾ ਹੈ, 3 ਵਾਰੀ ਆ ਰਿਹਾ ਹੈ, ਫਿਰ ਵੀ ਕਿੰਨਾ, 6। 2 ਕਿੰਨੀ ਵਾਰੀ ਆ ਰਿਹਾ, 3 ਵਾਰੀ ਆ ਰਿਹਾ, ਫਿਰ ਵੀ ਕਿੰਨਾ ਆਂਸਰ, 6। ਤਾਂ ਗੁਣਾ ਕੀ ਕਰਦੀ ਪਈ ਹੈ, ਗੁਣਾ ਸਾਡਾ ਕੰਮ ਘਟਾਉਂਦੀ ਪਈ ਹੈ। ਵਟ ਇਜ਼ ਮਲਟੀਪਲੀਕੇਸ਼ਨ, ਮਲਟੀਪਲੀਕੇਸ਼ਨ ਇਜ਼ ਦਾ ਸਿੰਪਲੀਫਿਕੇਸ਼ਨ ਆਫ ਐਡੀਸ਼ਨ, ਮਤਲਬ ਅਸੀਂ ਜੋੜ ਨੂੰ ਸੌਖਾ ਕਰਨ ਦੇ ਲਈ ਕੀ ਬਣਾਈ ਹੈ, ਗੁਣਾ ਹੀ ਬਣਾਈ ਹੈ। ਇਹੀ ਇਹਦੀ ਡੈਫੀਨੇਸ਼ਨ ਹੈ, ਇਹੀ ਪਰਿਭਾਸ਼ਾ ਹੈ ਕਿ ਗੁਣਾ ਦਾ ਕਾਰਜ ਕੀ ਹੈ, ਗੁਣਾ ਦਾ ਕੰਮ ਕੀ ਹੈ, ਗੁਣਾ ਕੀ ਕਰਦੀ ਹੈ, ਸਾਡੇ ਜੋੜ ਬਾਰ ਬਾਰ ਸਾਨੂੰ ਜੋੜ ਨਾ ਕਰਨਾ ਪਵੇ, ਅਸੀਂ ਉਹਦੀ ਥਾਂ 'ਤੇ ਕੀ ਕਰ ਲੈਂਦੇ ਹਾਂ, ਗੁਣਾ ਕਰਕੇ ਦੇਖ ਲੈਂਦੇ ਹਾਂ। ਅੱਛਾ, ਕੀ ਇਹ ਸੰਖਿਆ 6 × 8 ਹੈ। ਹੁਣ ਇਸ ਕਾਗਜ਼ ਨੂੰ 6 ਸਮ 5 ਸਮ ਵਿੱਚ ਕੱਟ ਲਓ, ਮਤਲਬ 6 6 ਤਾਂ ਲਾਈਨਾਂ ਰਹਿਣਗੀਆਂ, ਵੱਡੇ 'ਚ ਕਿੰਨੀਆਂ ਜਾਣਗੀਆਂ, 5 ਜਾਣਗੇ, 1 2 3 4 5, 5 ਇੱਧਰ ਬਚ ਲਏ, ਇੱਧਰ ਵੀ ਕਿੰਨੇ ਬਚੇ ਆ, 6, ਪਰ 6 ਦੇ ਨਾਲ ਕਿੰਨੇ ਬਚ ਕੇ, 3 ਬਚ ਗਏ, ਮਤਲਬ ਕੋਲ 6 5 ਅਤੇ 6 3 ਵਾਲੇ ਨਾਪ ਦੋ ਭਾਗਾਂ ਵਿੱਚ ਕੱਟ ਲਓ, ਜਿਵੇਂ ਚਿੱਤਰ 'ਚ ਦਿਖਾਇਆ ਗਿਆ। ਹੁਣ ਵਰਗਾਂ ਦੀ ਸੰਖਿਆ 6 × 5 ਅਤੇ 6 × 3 ਹੈ, ਤਾਂ 6 5 30, 6 30 ਹੈ 18, ਅਤੇ ਜਿੰਨਾ ਤੁਸੀਂ ਜੋੜਦੇ ਹੋ ਫਿਰ ਵੀ ਤੁਹਾਨੂੰ ਕੀ ਮਿਲੇਗਾ, 48 ਹੀ ਮਿਲੇਗਾ। ਇੱਥੇ ਵੀ ਤੁਹਾਨੂੰ ਕਿੰਨਾ ਮਿਲਦਾ ਪਿਆ, 48 ਹੀ ਮਿਲ ਰਿਹਾ ਹੈ। ਮਿਲਦਾ, ਤੁਹਾਨੂੰ ਇਹ ਗੱਲ ਸਮਝ ਆਈ ਹੋਣੀ ਆ, ਉਹਨੂੰ ਭਾਗ ਦੇਖੋ, ਕੋਈ ਫਰਕ ਪੈ ਰਿਹਾ ਕਿਸੇ ਚੀਜ਼ ਦੇ ਵਿੱਚ, ਨਹੀਂ ਫਰਕ ਪੈ ਰਿਹਾ ਚੀਜ਼ ਦੇ ਵਿੱਚ, ਹੈ ਨਾ। ਇਹਨੂੰ ਸਮਝਣ ਦਾ ਕਨਸੈਪਟ ਇਹ ਆ, ਅਸੀਂ ਅੱਗੇ ਦੇਖਦੇ ਹਾਂ ਅੱਗੇ ਕੀ ਕੀਤਾ। ਹੁਣ ਕੀ ਦੋਹਾਂ ਭਾਗਾਂ ਵਿੱਚ ਕੁੱਲ ਮਿਲਾ ਕੇ ਕਿੰਨੇ ਵਰਗ ਹਨ, ਕੀ ਇਹ 6 × 5 + 6 × 3 ਹਨ, ਕੀ ਇਹ 6 × 5, ਇੱਕ ਵਾਰੀ ਕੀਤਾ, +6 × 3, ਇੱਕ ਵਾਰੀ ਇੱਦਾਂ ਕੀਤਾ, ਕੀ ਇਹੀ ਆਂਸਰ ਆਉਂਦਾ, ਫਿਰ ਵੀ ਮੈਨੂੰ ਕੀ ਮਿਲਦਾ, 48 ਹੀ ਮਿਲਦਾ ਸੀਗਾ। ਉਹ ਪੁੱਛ ਰਿਹਾ ਵੀ ਇਹੀ ਚੀਜ਼ ਹੈ ਇਹਦੇ ਵਿੱਚ, ਬਿਲਕੁਲ ਇਹੀ ਚੀਜ਼ ਹੋਈ ਹੈ, ਡਿਵਾਈਡ ਕਰਨ ਦੇ ਉੱਤੇ ਵੀ, ਵੰਡ ਕਰਨ ਦੇ ਉੱਤੇ ਵੀ। ਤਾਂ 6 × 5 ਅਤੇ 6 × 3 ਹਨ, ਕੀ ਇਸਦਾ ਕੀ ਅਰਥ, ਇਹਨਾਂ ਦਾ ਅਰਥ ਹੈ ਕਿ 6 × 8 ਨੂੰ ਲਿਖਿਆ ਜਾ ਸਕਦਾ 6 × 5 + 6 × 3 ਹੈ, ਲੇਕਿਨ 6 × 8 ਨੂੰ ਅਸੀਂ ਇੱਦਾਂ ਲਿਖ ਸਕਦੇ ਹਾਂ 6 × 5 + 3, ਬਿਲਕੁਲ ਲਿਖ ਸਕਦੇ ਹਾਂ। 6 × 8 ਨੂੰ ਅਸੀਂ ਇੱਦਾਂ ਨਹੀਂ ਲਿਖ ਸਕਦੇ, 6 × 8 ਨੂੰ 6 × 5 + 3 ਬਿਲਕੁਲ ਲਿਖ ਸਕਦੇ ਹਾਂ। ਹੁਣ ਅਸੀਂ ਕੀ ਕੀਤਾ, 6 ਨੂੰ ਇੱਕ ਵਾਰੀ 5 ਨਾਲ ਗੁਣਾ ਕੀਤਾ ਅਤੇ 6 ਨੂੰ ਇੱਕ ਵਾਰੀ 3 ਨਾਲ ਗੁਣਾ ਕੀਤਾ, ਤਾਂ ਅਸੀਂ ਉੱਦਾਂ ਲਿਖ ਸਕਦੇ ਹਾਂ 6 × 5 + 6 × 3, ਫਿਰ ਵੀ ਮੈਨੂੰ ਕੀ ਆ, ਉਹੀ ਆਂਸਰ ਹੀ ਮਿਲਦਾ ਪਿਆ ਹੈ। ਤਾਂ ਦੈਟ ਮੀਨਸ ਹੁਣ ਮੈਂ ਕੀ ਕਰਤਾ, ਖੋਲ੍ਹ ਕੇ ਲਿਖ ਲਿਆ, ਖੋਲ੍ਹ ਕੇ ਲਿਖ ਲਿਆ, ਜੋੜਾਂ ਨੂੰ ਖੋਲ੍ਹ ਕੇ ਲਿਖਿਆ। ਹੁਣ ਇਹਦੀ ਪਰਿਭਾਸ਼ਾ ਹੈ, ਪਰਿਭਾਸ਼ਾ ਨੂੰ ਇੱਦਾਂ ਹੀ ਦੇਖਣਾ ਤੁਸੀਂ ਵੀ ਕੀ ਹੈ, ਬਹੁਤ ਇੰਪੋਰਟੈਂਟ ਪਰਿਭਾਸ਼ਾ ਹੈ। ਇਹਨਾਂ ਜੋੜਾਂ ਨੂੰ ਉੱਪਰ ਗੁਣਾਂ ਦਾ ਵਿਤਰਣ ਨੂੰ ਵੰਡ ਜਾਂ ਵੰਡਕਾਰੀ ਗੁਣਨ, ਡਿਸਟ੍ਰੀਬਿਊਟਿਵ ਪ੍ਰੋਪਰਟੀ, ਡਿਸਟ੍ਰੀਬਿਊਟਿਵ ਪ੍ਰੋਪਰਟੀ ਆਫ ਮਲਟੀਪਲੀਕੇਸ਼ਨ ਓਵਰ ਐਡੀਸ਼ਨ, ਇਹ ਪੂਰਾ ਨਾਮ ਇਹਦਾ ਹੈ, ਡਿਸਟ੍ਰੀਬਿਊਟਿਵ ਪ੍ਰੋਪਰਟੀ ਆਫ ਮਲਟੀਪਲੀਕੇਸ਼ਨ ਓਵਰ ਐਡੀਸ਼ਨ। ਐਡੀਸ਼ਨ ਦੇ ਉੱਤੇ ਕੀ ਕੀਤੀ ਅਸੀਂ, ਮਲਟੀਪਲੀਕੇਸ਼ਨ ਕੀਤੀ। ਐਡੀਸ਼ਨ ਮੇਰੇ ਕੋਲ ਕੀ ਸੀਗੀ, 5 ਅਤੇ 3 ਦੀ, ਕਲੀਅਰ ਹੈ ਜੀ। ਕਿੰਨਾ ਗੁਣਾ ਕਰਨਾ ਉਹਨੂੰ, 6 ਨਾਲ। ਡਿਸਟ੍ਰੀਬਿਊਟ ਕਰਨਾ ਹੈ, ਮਤਲਬ ਉਹਨੂੰ ਵਿਤਰਣ ਕਰਨਾ ਹੈ। ਪਹਿਲਾਂ 6 ਨੂੰ ਕਿਹਦੇ ਨਾਲ ਗੁਣਾ ਕੀਤਾ, 5 ਨਾਲ, ਇੱਕ ਵਾਰੀ ਇੱਥੇ ਵਿਤਰਣ ਕਰਤਾ, ਫਿਰ ਇੱਕ ਵਾਰੀ 3 ਦੇ ਨਾਲ ਗੁਣਾ ਕਰਤਾ, ਤਾਂ 6 × 5 + 6 × 3, ਫਿਰ ਵੀ ਤੁਹਾਡੇ ਕੋਲ ਕਿੰਨਾ ਮਿਲਦਾ ਹੈ, ਸੇਮ ਆਂਸਰ ਹੀ ਆਏਗਾ। ਦੈਟ ਮੀਨਸ ਉਹੀ ਸਮ ਨੂੰ ਅਸੀਂ ਕੀ ਕੀਤਾ, ਬ੍ਰੈਕਟ 'ਚ ਪਾ ਕੇ ਖੋਲ੍ਹ ਕੇ ਲਿਖ ਲਿਆ। ਹੁਣ ਮੈਂ ਤੁਹਾਨੂੰ ਇਹ ਗ੍ਰਾਫ ਵੀ ਸਮਝਾਇਆ ਹੋਣਾ, ਪੂਰੀ ਚੀਜ਼ ਸਮਝ ਆ ਗਈ ਹੋਣੀ ਆ ਕਿਸ ਤਰੀਕੇ ਦੇ ਨਾਲ ਅਸੀਂ ਇਹਨੂੰ ਬਣਾਇਆ ਹੈ। ਤਾਂ ਡਿਸਟ੍ਰੀਬਿਊਟਿਵ ਪ੍ਰੋਪਰਟੀ ਦਾ ਮਤਲਬ ਕੀ ਹੋਇਆ, ਪਹਿਲਾਂ ਮੇਰੇ ਕੋਲ ਕੀ ਸੀਗਾ, 6 × 8 ਨੋਰਮਲ, ਪਰ ਇਹਨੂੰ ਮੈਂ ਗ੍ਰਾਫ ਪੇਪਰ ਦੇ ਹਿਸਾਬ ਦੇ ਨਾਲ ਸਮਝਿਆ, ਮੇਰੇ ਕੋਲ ਇਸ ਤਰੀਕੇ ਨਾਲ ਗ੍ਰਾਫ ਪੇਪਰ ਸੀਗਾ, ਫਿਰ ਉਹਨੇ ਮੈਂ ਕੀ ਕਰ ਲਿਆ, ਕੱਟ ਲਿਆ। ਗ੍ਰਾਫ ਪੇਪਰ ਮੇਰੇ ਕੋਲ 2 ਗ੍ਰਾਫ ਪੇਪਰ ਬਣ ਗਏ, ਬਿਲਕੁਲ ਜੀ, 2 ਗ੍ਰਾਫ ਪੇਪਰ ਬਣ ਗਏ। 2 ਗ੍ਰਾਫ ਪੇਪਰ ਕਿਹੜੇ ਕਿਹੜੇ ਬਣ ਗਏ, ਇੱਕ ਬਣ ਗਿਆ 6 × 5 ਦਾ, ਅਤੇ ਇੱਕ ਕਿਹਦਾ ਬਣ ਗਿਆ ਜੀ, 6 × 3 ਦਾ। ਮੈਥ ਦੇ ਵਿੱਚ ਮੈਂ ਲਿਖਣ ਲੱਗੇ ਕੀ ਕੀਤਾ, 8 ਨੂੰ ਕੀ ਬਣਾ ਲਿਆ, 6 ਨੂੰ ਮੈਂ ਕੀ ਕੀਤਾ, 6 ਗੁਣਾ ਪਾ ਕੇ 8 ਦੇ ਵਿੱਚ ਕਰ ਲਿਆ, 5 ਜਮ੍ਹਾਂ
तीन कर लिया, फिर की किया छे उन्नी कोई पंज ना गुणा किया आह चीज़ बना दे लिए, फिर छे उन्नी कोई तीन गुणा चीज़ किया आह चीज़ दे बना दे लिए, तो छे गुणा पाँच छे गुणा तीह तीन भी मैं उही आंसर दे रहा विचकार इन्हों के दोनों का जोड़ यह की है मैं वितरण की है किस चीज़ की वितरण की है, जब वंडकारी गुण की है वंडकारी गुण की है डिस्ट्रीब्यूट करके पहला फैला के डिस्ट्रीब्यूट करना हों भी फैला के देना खोल के वंड के ठीक है जी खोल के ब्रैकटा ਮੈਂ ਤੁਹਾਨੂੰ ਇਹ ਗੱਲ ਸਮਝਾਉਣੀ ਹੈ ਇਹਨਾਂ ਨੂੰ ਜੋੜਾ ਉੱਪਰ ਗੁਣਾਂ ਨੂੰ ਵਿਤਰਣ ਜਾਂ ਵੰਡਕਾਰੀ ਗੁਣ ਕਹਿੰਦੇ ਹਨ ਇੱਕ ਡਿਸਟਰੀ ਪ੍ਰੋਪਰਟੀ ਹੋ ਗਈ ਸੋਚੋ ਅਤੇ ਵਿਚਾਰ ਕਰੋ ਹੁਣ ਤੁਸੀਂ ਕਿਸੇ ਤਰੀਕੇ ਨਾਲ ਵੀ ਗੁਣਾ ਕਰ ਸਕਦੇ ਹੋ ਹੁਣ ਹੇਠਾਂ ਦਿੱਤੀ ਗਈ ਗੁਣਨ ਪ੍ਰਕਿਰਿਆ ਨੂੰ ਦੇਖੋ ਅਤੇ ਵਿਚਾਰ ਕਰੋ ਕਿ ਅਸੀਂ ਸੰਖਿਆਵਾਂ ਨੂੰ ਗੁਣਾ ਕਰਦੇ ਹੋਏ ਜੋੜਾ ਉੱਤੇ ਗੁਣ ਦੇ ਵਿਤਰਣ ਨੂੰ ਗੁਣਾ ਵਰਤੋਂ ਕਰਦੇ ਹਾਂ ਜੋ ਅਸੀਂ ਗੁਣਾ ਕਰਦੇ ਹਾਂ ਤਾਂ ਉਹ ਵੀ ਅਸੀਂ ਇਹੀ ਚੀਜ਼ ਹੀ ਕਰਦੇ ਹਾਂ ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ ਉਦਾਹਰਨ ਨੰਬਰ ਪੰਜ ਇੱਕ ਸਕੂਲ ਦੀ ਕੰਟੀਨ ਹਰ ਰੋਜ਼ ਦੁਪਹਿਰ ਦੇ ਖਾਣੇ ਲਈ 20 ਅਤੇ 40 ਲੀਟਰ ਦੁੱਧ ਦੇ ਲਈ ਰੁਪੀਸ 4 ਲੈਂਦੀ ਹੈ ਤੁਸੀਂ 5 ਦਿਨਾਂ ਵਿੱਚ ਇਹਨਾਂ ਚੀਜ਼ਾਂ 'ਤੇ ਕਿੰਨਾ ਖਰਚ ਕਰੋਗੇ ਕਲੀਅਰ ਜੀ ਇਸ ਸਵਾਲ ਨੂੰ ਦੋ ਵਿਧੀ ਨਾਲ ਹੱਲ ਕੀਤਾ ਜਾ ਸਕਦਾ ਦੁਪਹਿਰ ਦੇ ਖਾਣੇ ਲਈ 5 ਦਿਨਾਂ ਦੀ ਰਾਸ਼ੀ ਦਾ ਪਤਾ ਕਰੋ ਦੁੱਧ ਦੇ ਲਈ 5 ਦਿਨ ਦੀ ਰਾਸ਼ੀ ਪਤਾ ਕਰੋ ਫਿਰ ਇਹਨਾਂ ਨੂੰ ਜੋੜੋ ਦੁਪਹਿਰ ਦੇ ਖਾਣੇ ਲਈ ਖਰਚ 5 × 20 ਦੁੱਧ ਲਈ ਖਰਚ 5 × 4 ਠੀਕ ਹੈ ਤਾਂ ਦੁੱਧ ਲਈ ਕਿੰਨਾ ਖਰਚ ਕੀਤਾ 5 ਦਿਨਾਂ ਦੇ ਲਈ ਅਤੇ ਖਾਣੇ ਲਈ ਕਿੰਨਾ ਖਰਚ ਕੀਤਾ 5 ਦਿਨਾਂ ਦੇ ਲਈ ਤਾਂ ਦੋਨਾਂ ਨੂੰ ਜੋੜ ਕਰ ਲਓ ਤਾਂ 120 ਬਣਦਾ ਹੈ ਜਦ ਤੁਸੀਂ ਇੱਦਾਂ ਕਹਿ ਦਿਓ ਦੁੱਧ ਪਲੱਸ ਖਾਣੇ ਦੀ ਲਾਗਤ ਕਿੰਨੀ ਆ ਗਈ ਟੋਟਲ 24 ਰੁਪਏ ਅਤੇ ਉਹ ਕਿੰਨੇ ਦਿਨਾਂ ਦੇ ਲਈ ਸੀ ਤੁਹਾਡੇ ਕੋਲ ਉਹ ਕਿੰਨੇ ਦਿਨਾਂ ਦੇ ਲਈ ਸੀ 5 ਦਿਨਾਂ ਦੇ ਲਈ ਸੀ ਤਾਂ ਵੀ ਕਿੰਨਾ ਹੈਗਾ ਤੁਹਾਡੇ ਕੋਲ 120 ਤਾਂ ਦੈਟ ਮੀਨਸ ਤੁਹਾਡੇ ਕੋਲ ਕੀ ਹੈ ਇਹ ਸੇਮ ਆਂਸਰ ਆ ਰਿਹਾ ਮੈਨੂੰ ਲੱਗਦਾ ਤੁਹਾਨੂੰ ਇਹ ਸਮਝ ਆ ਜਾਣਾ ਵਿਤਰਨ ਦਾ ਮਤਲਬ ਕੀ ਹੈ ਡਿਸਟ੍ਰੀਬਿਊਟ ਕਰਨ ਦਾ ਮਤਲਬ ਕੀ ਹੈ ਡਿਸਟ੍ਰੀਬਿਊਟ ਇੱਕ ਪ੍ਰੋਪਰਟੀ ਹੈ ਜਦੋਂ ਫਲਾਪ ਕੇ ਲੱਗਦੀ ਹੈ ਇਹ ਪਰ ਲੱਗਦੀ ਹੈ ਗੁਣਾਂ ਦੇ ਜਮ੍ਹਾਂ ਦੇ ਵਿੱਚ ਇੱਕ ਸਪੈਸ਼ਲ ਪ੍ਰੋਪਰਟੀ ਹੈ ਇਹਦੇ ਵਿੱਚ ਦੇਖੋ ਇੱਕ ਜਮ੍ਹਾਂ ਵੀ ਆ ਗਿਆ ਅਤੇ ਇੱਕ ਗੁਣਾ ਵੀ ਆ ਗਿਆ ਨਹੀਂ ਤਾਂ ਪਹਿਲਾਂ ਅਸੀਂ ਸਿਰਫ ਕੀ ਪੜ੍ਹਦੇ ਪਏ ਸੀਗੇ ਅਸੀਂ ਪਹਿਲਾਂ ਹੀ ਪੜ੍ਹਦੇ ਪਏ ਸੀਗੇ ਕਿ ਕ੍ਰਮ ਵਟਾਉਂਦਾ ਹੈ ਜਮ੍ਹਾਂ 'ਤੇ ਕ੍ਰਮ ਵਟਦਾ ਹੈ ਗੁਣਾਂ 'ਤੇ ਕ੍ਰਮ ਨਹੀਂ ਵਟਦਾ ਘਟਾਓ 'ਤੇ ਕ੍ਰਮ ਨਹੀਂ ਵਟਦਾ ਡਿਵਾਈਡ 'ਤੇ ਫਿਰ ਅਸੀਂ ਦੇਖਿਆ ਜਿਹੜੀ ਦੂਜੀ ਪ੍ਰੋਪਰਟੀ ਦੇਖੀ ਸੀਗੀ ਫਿਰ ਉਹ ਤੋਂ ਬਾਅਦ ਸਾਡੇ ਕੋਲ ਆਹ ਪ੍ਰੋਪਰਟੀ ਆਈ ਹੈ ਜਿਸ ਪ੍ਰੋਪਰਟੀ ਵਿੱਚ ਅਸੀਂ ਦੇਖਿਆ ਹੈ ਕਿ ਜਮ੍ਹਾਂ ਦਾ ਸਾਈਨ ਵੀ ਹੈ ਅਤੇ ਨਾਲ ਗੁਣਾ ਵੀ ਹੈ 6 × 5 = 3 ਅਤੇ ਦੋਨੋਂ ਹੀ ਯੂਜ਼ ਹੋ ਰਹੇ ਨੇ ਇਸ ਕਰਕੇ ਕੀ ਹੈ ਪ੍ਰੋਪਰਟੀ ਦਾ ਪੂਰਾ ਨਾਮ ਕੀ ਹੈ ਇਸ ਪ੍ਰੋਪਰਟੀ ਦਾ ਪੂਰਾ ਨਾਮ ਹੈਗਾ ਹੈ ਡਿਸਟ੍ਰੀਬਿਊਟਿਵ ਪ੍ਰੋਪਰਟੀ ਆਫ ਮਲਟੀਪਲੀਕੇਸ਼ਨ ਓਵਰ ਐਡੀਸ਼ਨ ਪਹਿਲਾਂ ਮਲਟੀਪਲੀਕੇਸ਼ਨ ਆਏਗੀ ਜੀ ਦੇਖੋ ਪਹਿਲਾਂ ਤੁਹਾਡੇ ਕੋਲ ਕੀ ਆਏਗੀ ਡਿਸਟ੍ਰੀਬਿਊਟਿਵ ਪ੍ਰੋਪਰਟੀ ਆਫ ਮਲਟੀਪਲੀਕੇਸ਼ਨ ਓਵਰ ਐਡੀਸ਼ਨ ਐਡੀਸ਼ਨ ਦੇ ਉੱਤੇ ਅਸੀਂ ਕੀ ਲਗਾਈ ਹੈ ਮਲਟੀਪਲੀਕੇਸ਼ਨ ਦੀ ਪ੍ਰੋਪਰਟੀ ਲਗਾਈ ਹੈ ਇਹ ਕਿ ਡਿਸਟ੍ਰੀਬਿਊਟਿਵ ਪ੍ਰੋਪਰਟੀ ਆਫ ਮਲਟੀਪਲੀਕੇਸ਼ਨ ਓਵਰ ਐਡੀਸ਼ਨ ਮੈਨੂੰ ਲੱਗਦਾ ਤੁਹਾਨੂੰ ਇੱਥੇ ਤੱਕ ਇਹ ਚੀਜ਼ ਸਮਝ ਆਈ ਹੋਣੀ ਹੈ ਅੱਗੇ ਮੇਰੇ ਕੋਲ ਕੀ ਆ ਤੁਸੀਂ ਹੁਣ ਚਲੋ ਬਾਕੀ ਜਿਹੜਾ ਹੈਗਾ ਹੈ ਉਹ ਅਸੀਂ ਨੈਕਸਟ ਲੈਕਚਰ ਦੇਖਾਂਗੇ ਤੁਸੀਂ ਇਸ ਚੈਕ ਨੂੰ ਪੜ੍ਹੋ ਅਤੇ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ ਤੁਹਾਡਾ ਅਤੇ ਬਾਕੀ ਜੋ ਕੋਈ ਪ੍ਰੋਬਲਮ ਹੋਏਗੀ ਤੁਸੀਂ ਕਮੈਂਟ ਕਰ ਸਕਦੇ ਹੋ ਲਾਈਕ ਕਰ ਸਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਵੀਡੀਓ ਨੂੰ ਦੇਖਿਆ ਅਤੇ ਜੇ ਕੋਈ ਕੁਐਸਚਨ ਹੈ ਜੇ ਕੋਈ ਚੀਜ਼ ਤੁਹਾਨੂੰ ਨਹੀਂ ਪਤਾ ਲੱਗਦੀ ਤੁਸੀਂ ਜ਼ਰੂਰ ਕਮੈਂਟ ਕਰੋ ਤੁਸੀਂ ਲਾਈਕ ਕਰ ਸਕਦੇ ਹੋ ਅਤੇ ਡਿਸਲਾਈਕ ਵੀ ਕਰ ਸਕਦੇ ਹੋ ਥੈਂਕ ਯੂ